ਆ ਮਾਝੇ ਵਾਲ ਦਾ ਕਿਵੇਂ ਭੀਮ ਸੁਰ ਸਿੰਘ ਦੀ ਧਰਤੀ ਦਾ ਇਹ ਮਾਝੇ ਦਾ ਮਜੈਰ ਹੜਵੇ ਬਾਬਲਾ ਹੜਵੇ ਮੇਰਾ ਮਾਝੇ ਸਾਕ ਨਾ ਕਰਵੇ ਹੜਵੇ ਬਾਬਲਾ ਹੜਵੇ ਮੇਰਾ ਮਾਝੇ ਸਾਕ ਨਾ ਕਰਵੇ ਸੁਰ ਸਿੰਘ ਭੀਮ ਦੀ ਪਹਿਲੀ ਰੋੜ ਪਰ ਸਾਹਮਣੇ ਓਏ ਮਨੀਸ਼ ਬੱਲੇ ਬੱਲੇ ਕਰਵਾ ਰਿਹਾ ਲੱਗਿਆ ਜੋਰ ਕਬੱਡੀ 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 ਪਹਿਲੀ ਰੋੜ ਤੇ ਪਹਿਲਾ ਜੱਫਾ ਇਹ ਬਾਹੂ ਅਕਬਰਪੁਰ ਦੀ ਧਰਤੀ ਦਾ ਮਨੀਸ਼ ਬੱਲੇ ਬੱਲੇ ਕਰਾ ਗਿਆ ਮੇਰੇ ਵੀਰੋ ਅਗਲੀ ਰੇਡ ਤੋਂ ਜਸਵਿੰਦਰ ਚੱਕੀ ਮਾਈਗੋ ਆਓ ਕਬੱਡੀ ਕਹਿੰਦੇ ਟੀਲਾ ਜਾਂਡਲੀ ਵਾਲਾ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਗੋਲਾ ਗੋਲੇ ਵਾਲੀਆ ਨਾਲ ਕਹਿੰਦੇ ਪਾਇਲਟ ਚਮਕੌਰ ਵਰਗੇ ਨਾਲੇ ਜੁੜੇ ਹੋਏ ਨੇ ਨਿੱਕੇ ਵਰਗੇ ਆਸਟ੍ਰੇਲੀਆ ਵਾਲੇ ਅੱਜ ਦੇ ਕਬੱਡੀ ਕੱਪ ਦੇ ਨਾਲ ਕਹਿੰਦੇ ਗੋਲੂ ਵਰਗੇ ਉਹ ਬੱਲੇ ਬੱਲੇ ਕਰਾਉਣ ਦਾ ਦਮ ਰੱਖ ਰਹੇ ਹੈ ਪਰ ਆਹ ਕਬੱਡੀ ਪਾਉਣ ਦੇ ਲਈ ਮੇਰਾ ਜਾਂਡਲੀ ਪਿੰਡ ਹੈ ਤੇ ਟੀਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਸਾਹਮਣੇ ਚਾਰਾਂ ਦੇ ਵਿੱਚੋਂ ਹੋਰ ਕਹਿੰਦੇ ਸੋਨੂ ਰਾਜਪੁਰੀਆ ਤੇ ਨਾਲ ਕਹਿੰਦੇ ਸ਼ਰਨਾ ਦੱਗੋ ਮਾਰੇ ਵਾਲਾ ਆਹ ਸੋਨੂ ਹਰਿਆਣੇ ਦੇ ਜੀਂਦ ਦੇ ਨਾਲ ਸੰਬੰਧ ਰੱਖਣ ਵਾਲਾ ਖਿਡਾਰੀ ਪਰ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਦੇ ਵਿੱਚ ਡੀਲੇ ਦੇ ਹਿੱਸੇ ਦੇ ਵਿੱਚ ਸੁਖਵੀਰ ਹੈ ਜਿਹੜਾ ਗੁਰੂ ਸਰ ਪਿੰਡ ਹੈ ਮੇਰੇ ਮਿੱਤਰੋ ਜੋ ਪਹਿਲਾਂ ਕਰ ਗਿਆ ਵਾਰ ਉਹ ਜੇਤੂ ਮੇਲੇ ਦਾ ਅਣਖ ਜਗਾਉਂਦੀ ਜਿੱਤਾਂ ਦਾਵਾ ਰਾੜੇ ਕੇਲੇ ਦਾ ਗੁਰੂ ਸਰ ਦੀਆਂ ਮੋਟਰਸਾਈਕਲਾਂ ਦਾ ਜੇਤੂ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਆ ਹੋਏ ਗੱਭਰੂਆ ਮੁੰਡਾ ਹਵਾ ਹਵਾਈ ਹੋ ਗਿਆ ਇੱਕ ਸਿਰੇ ਦਾ ਨੰਬਰ ਜੋੜ ਗਿਆ ਹੋਰ ਮਕਲੌਟੇ ਵਾਲੇ ਵਿਖਾਸ ਨੂੰ ਟੱਚ ਕੀਤਾ ਤੇ ਪੁਆਇੰਟ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਦਿੱਤਾ ਆ ਮਲਕੀਤ ਧਮਤਾਨ ਸਾਹਿਬ ਦੀ ਧਰਤੀ ਹੈ ਅੱਜ ਦੇ ਸਮੇਂ ਦੇ ਹੋਰ ਦੇ ਵਕਤ ਦੇ ਵਿੱਚ ਆ ਮੁੰਡੇ ਦਾ ਕਹਿੰਦੇ ਬਹੁਤ ਬਹੁਤ ਵੱਡੇ ਪੱਧਰ ਤੇ ਨਾਮ ਬਣਿਆ ਖੇਡ ਕਬੱਡੀ ਦੇ ਮੈਦਾਨਾਂ ਦੇ ਵਿੱਚ ਉਧਰ ਸੋਨੂ ਆ ਫਿਰ ਰਾਜਪੁਰੇ ਵਾਲਾ ਕਹਿੰਦੇ ਗੱਲਾਂ ਬਾਤਾਂ ਟਕਾਲੇ ਲੱਗਣਗੀਆਂ ਆ ਕੀਰੇ ਖਾਤੇ ਪੁਆਇੰਟ ਇਹ ਧਮਤਾਨ ਸਾਹਿਬ ਦੀ ਧਰਤੀ ਹੈ ਮਲਕੀਤ ਜਾਂਡਲੀ ਪਿੰਡ ਦੇ ਖਾਤੇ ਦੇ ਵਿੱਚ ਆਉਣ ਨੂੰ ਜੋੜ ਗਿਆ ਹਰਿਆਣੇ ਵਾਲੇ ਫੜੇ ਆ ਇੱਕ ਕਿੰਨੀ ਤੇ ਸਮਿਤ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਬਹੁ ਅਕਬਰਪੁਰ ਦੀ ਧਰਤੀ ਆ ਮਨੀਸ਼ ਦਾ ਕਹਿੰਦੇ ਵੱਡਾ ਨਾਂ ਹੈ ਬਹੁ ਅਕਬਰਪੁਰ ਦੀਆਂ ਗੱਲਾਂ ਤੇ ਕਹਿੰਦੇ ਨੇ ਇਲੂ ਦਾ ਨਾਂ ਬਹੁਤ ਵੱਡਾ ਹੈ ਉਧਰ ਵਿਕਾਸ ਬਕਲੋਨੇ ਵਾਲਾ ਜਿਹੜੇ ਪਿੰਡ ਦੇ ਜੋਗੀ ਬਣ ਗਏ ਗੱਲਾਂ ਟਿਕਾਣੇ ਲਾਉਂਦੇ ਸਨ ਮੈਂ ਕਹਿੰਦੇ ਟਿਕਾਣੇ ਲਾਉਂਦੇ ਸਨ ਪਰ ਦੋਦੇ ਵਾਲਿਓ ਆ ਇੱਕ ਹੀ ਮੈਚ ਬਾਕੀ ਹੈ ਜਦੋਂ ਕੋਈ ਜੱਫਾ ਘੈਂਟ ਜਾ ਲੱਗਿਆ ਤੇ ਤਾੜੀਆਂ ਦੀ ਕਹਿਣ ਦੀ ਲੋੜ ਨਾ ਪਵੇ ਆਪ ਮਹਾਰੇ ਮਾਰੋ ਤੇ ਸਵਾਦ ਹੀ ਆ ਜਾਣਾ ਗੁਰੂ ਸਰੀਏ ਦੀ ਰੇਡ ਇਹ ਕਬੱਡੀ ਕਬੱਡੀ ਚਾਰਾਂ ਚੋਂ ਕੌਣ ਵਿਕਾਸ ਜਾਂ ਮਨੀਸ਼ ਕਰਦਾ ਕੋਸ਼ਿਸ਼ ਏ ਫੜਿਆ ਗੁੱਟ ਲੱਗਿਆ ਜ਼ੋਰ ਤਾੜੀਆਂ 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 ਕਬੱਡੀ 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 ਇੱਥੇ ਰੱਖ ਵੈਦਾ ਮੇਰੀ ਬਾਹ ਛੱਡ ਦੇ ਤੈਨੂੰ ਰੋਕਦੀ ਰੱਬ ਦੇ ਨਾ ਕਾਈ ਓਏ ਤੋਤੇ ਵਾਲਿਓ ਕੀ ਹਾਲ ਚਾਲ ਹੈ ਰਵੇ ਤੋਤੇ ਵਾਲਿਓ ਜੇ ਜੱਫਾ ਵਧੀਆ ਲੱਗਿਆ ਵੋ ਸਿਰਾ 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 ਉਧਰਲੇ ਪਾਸੇ ਡਬਲ ਟੱਚ ਹੋ ਗਿਆ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਕੋਈ ਭੁੱਲਰਾਂ ਤੋਂ ਆਇਆ ਕੋਈ ਕਹਿੰਦੇ ਲੋਹਾਰੇ ਤੋਂ ਆਇਆ ਕੋਈ ਕੌਣੀ ਤੋਂ ਆਇਆ ਕੋਈ ਸੋਥੇ ਤੋਂ ਕੋਈ ਸੁਗਲੇ ਤੋਂ ਕਹਿੰਦੇ ਕੋਈ ਆਸਾ ਬੁੱਟਰ ਤੋਂ ਆਇਆ ਸਾਰੇ ਇਲਾਕੇ ਦੀਆਂ ਗੱਲਾਂ ਨੇ ਸਭ ਚੰਦ ਦੇ ਕਾਲੇ ਦੇ ਪਿੰਡ ਤੋਂ ਵੀ ਖਿਡਾਰੀ ਆਏ ਨੇ ਜਿੰਨੇ ਵੀ ਕਹਿੰਦੇ ਜੱਫੇ ਲਾਵੇਗਾ ਅਰਸ਼ਦੀਪ ਕਨੇਡਾ ਵਾਲਾ ਭਰਾ ਕਹਿੰਦਾ ਹਰ ਇੱਕ ਜੱਫਾ ਜਿਹੜਾ 1000 ਦਾ ਹੋਵੇਗਾ ਮੇਰੇ ਵੀਰ ਅਰਸ਼ਦੀਪ ਕਨੇਡਾ ਵਾਲਾ ਕਹਿੰਦਾ ਡੱਬੋ ਵਾਲੇ ਸ਼ਰਨੇ ਦਾ ਹਰ ਇੱਕ ਜੱਫਾ 1000 ਦਾ ਪਰ ਸੀਪਾ ਤੇ ਵਿਕਾਸ ਸੀਪਾ ਤੇ ਵਿਕਾਸ ਸੀਪਾ ਤੇ ਵਿਕਾਸ ਇੱਕੋ ਸਾਡੀ ਗਲੀ ਇੱਕੋ ਸਾਡਾ ਪਿੰਡ ਵੇ ਪਿੰਡਾਂ ਵਾਲਿਆਂ ਦੀ ਜਾਣ ਦਾ ਤੂੰ ਹਿੰਡ ਵੇ
ਇੱਕੋ ਸਾਡੀ ਗਲੀ ਇੱਕੋ ਸਾਡਾ ਪਿੰਡ ਵੇ। ਉਹ ਪਿੰਡਾਂ ਵਾਲੇ ਆਪ ਹੀ ਕਰਾਉਂਦੇ ਆ, ਪਿੰਡਾਂ ਵਾਲੇ ਸਿਰਾ ਕਰਾਉਂਦੇ ਆ। ਦਰਸ਼ਕਾਂ ਦੇ ਵਿੱਚੋਂ ਅਵਨੀਸ਼ ਦੇ ਲਈ ਕਿਸੇ ਨੇ 100 ਰੁਪਏ ਦੇ ਮਾਟ ਤੇ ਸਨਮਾਨ ਪੁਜਰੇ ਕੀਤੇ ਆ, ਬਹੁਤ ਵੱਡਾ ਧੰਨਵਾਦ ਹੈ। ਆ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਇਹ ਡਬਲ ਟੱਚ ਦੀਆਂ ਗੱਲਾਂ ਹੋਣ ਗਿਆ ਕਿ ਕੀਦੇ ਖਾਤੇ ਇਹ ਤਮਤਾਨ ਸਾਹਿਬ ਦੀ ਧਰਤੀ ਦਾ ਮਲਕੀਤ ਅੰਕ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਕੇ ਕਹਿੰਦੇ ਵਾਅਦੇ ਕਰ ਗਿਆ। ਦੋਤੇ ਪਿੰਡ ਦੀ ਧਰਤੀ ਹੈ, ਧੰਨ ਧੰਨ ਬਾਬਾ ਧਿਆਨ ਦਾਸ ਜੀ ਦੀ ਅਪਾਰ ਕਿਰਪਾ ਨਗਰ ਖੇੜੇ ਦੇ ਉੱਤੇ, ਬਹੁਤ ਵੱਡੀਆਂ ਗੱਲਾਂ ਕੀਤੀਆਂ। ਪ੍ਰਬੰਧਕ ਕਮੇਟੀ ਨੇ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਕੀਤੀ ਵੀ ਨਾ ਆਹ ਬੋਲ ਦਿਓ ਨਾ ਉਹ ਬੋਲ ਦਿਓ, ਪਰ ਜੋ ਵੀ ਬੋਲਿਆ ਕਬੱਡੀ ਦੇ ਲਈ, ਕਬੱਡੀ ਦੀ ਬਿਹਤਰੀ ਦੇ ਲਈ ਕੀਤਾ। ਬਹੁਤ ਵੱਡਾ ਧੰਨਵਾਦ ਹੈ ਸੁਖਬੀਰ ਦੀ ਰੇਡ ਉੱਤੇ। ਆਓ ਕਦੇ ਟਰਾਈ ਹੈ, ਕਿਆ ਬਾਤਾਂ ਨੇ ਕਿਆ ਬਾਤਾਂ ਨੇ। ਆਹ ਮੁੰਡੇ ਦੀਆਂ ਰੇਡਾਂ ਕਿੱਦਾਂ ਲੱਗੀਆਂ ਫਿਰ, ਇਹ ਤੇ ਆਪਣੇ ਇਲਾਕੇ ਦਾ ਮੁੰਡਾ, ਗੋਦੇ ਵਾਲੇ ਤਾੜੀਆਂ ਮਾਰ ਦਿਓ ਮੁੰਡੇ ਦੇ ਲਈ, ਗੋਦੇ ਵਾਲੇ ਤਾੜੀਆਂ ਮਾਰ ਸਰੀਆਂ ਦੇ ਲਈ। ਗੁਰੂ ਸਰੀਆਂ ਨੰਬਰਾਂ ਦੇ ਵਾਧੇ ਕਰਦਾ ਹੋਇਆ ਦੁਨੀਆਂ ਦੇ ਗੱਲਾਂ ਛੜੀਆਂ ਨੇ ਅੱਜ ਦੇ ਇਸ ਕਬੱਡੀ ਕੱਪ ਦੀਆਂ। ਇਹ ਚੋਟੀ ਦਾ ਫਾਈਨਲ ਹੈ, ਡੱਗੋ ਵਾਲਾ ਕਰ ਦੋ ਹੱਥ 1000, ਅਰਸ਼ਦੀਪ ਕਨੇਡਾ ਵੱਲੋਂ ਉਹ ਡੱਗੋ ਵਾਲੇ ਸ਼ਰਨੇ ਨੂੰ ਦਿੱਤਾ ਜਾਣਾ, ਪਰ ਪੈਂਦੀ ਰੋਡ ਡੱਗੋ ਵਾਲਾ ਸ਼ਰਨਾ ਇਹਦਾ ਅੜਬ ਸਵਾ ਮਾਰੇ ਪੁੱਠੇ ਸਿੱਧੇ ਤਾਂ ਕੰਮ ਇਹਦਾ ਰੇਡਰਾਂ ਨੂੰ ਪੁੱਠੇ ਕਰਨਾ। ਮੈਂ ਵੀ ਸੁਖਬੀਰ ਸਿੰਘ ਜੀ ਧਾਲੀਵਾਲ ਸਾਹਿਬ, ਸੁਖਬੀਰ ਸਿੰਘ ਜੀ ਧਾਲੀਵਾਲ ਕੌਣੀ ਤੋਂ ਪਵਣੇ ਦੀ ਯਾਦ ਦੇ ਵਿੱਚ 10,000 ਰੁਪਇਆ ਹੋਰ ਇਹਨਾਂ ਦੇ ਵੱਲੋਂ 75,000 ਰੁਪਇਆ ਦਿੱਤਾ ਜਾਣਾ ਹੈ ਅਗਲੇ ਸਾਲ ਦੇ ਕਬੱਡੀ ਕੱਪ ਦੇ ਲਈ। 75,000, 10,000 ਹੋਰ ਪਾ ਦਿਓ, 75,000 ਹੋਵੇਗਾ। ਕਹਿੰਦੇ ਲੜਕੇ 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 ਨੀ ਗੁੜ ਗਈ ਗੱਡੀ ਚੜ ਕੇ ਵੀ, ਕਿਉਂ ਇੰਨਾ ਗੁੱਸਾ ਕਰਿਆ ਮੱਖੀ ਵਿੱਚ ਵੱਜੇ ਸੂਰੇ ਦਾ, ਅੱਜ ਬੰਦ ਪਿਆ ਦਰਵਾਜ਼ਾ ਫੱਟ ਕੋਟ ਕਪੂਰੇ ਦਾ, ਜਿਵੇਂ ਕਹਿੰਦੇ ਨਾ ਦੀਦਾਰ ਸੰਧੂ, ਅੱਜ ਕੌਣ ਫੱਟ ਕੋਟ ਕਪੂਰੇ ਦਾ ਬੰਦ ਕਰੇਗਾ, ਕੌਣ ਲਾਵੇਗਾ ਜੱਫਾ। ਇਹ ਤੇ ਸਮੇਂ ਦੇ ਐਨ ਸਮੇਂ ਦੇ ਗਰਭ ਦੇ ਵਿੱਚ ਬਹੁਤ ਕੁਛ ਛੁਪਿਆ ਹੋਇਆ। ਵਿਕਾਸ ਦਾ ਮਕਲੋਡਾ ਪਿੰਡ ਹੈ, ਉਧਰਲੇ ਪਾਸੇ ਮਨੀਸ਼ ਕੜਾ ਬਹੁ ਅਕਬਰ ਪਰਿਵਾਰ ਆ, ਆ ਮਕਲੋਡੇ ਵਾਲਾ ਹਰਿਆਣੇ ਦੀ ਧਰਤੀ ਆ। ਮਕਲੋਡਾ ਮਕਲੋਡਾ ਮਕਲੋਡਾ, ਓਏ ਭੱਲੇ 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 ਭੱਲੇ, ਆਖੀਰਾ ਪੁਆਇੰਟ ਆ ਪੁਆਇੰਟ ਕਿਹਦਾ, ਜਾਫੀਆਂ ਦਾ, ਜਾਫੀਆਂ ਦਾ। ਓਏ ਦੋਦੇ ਵਾਲੋ ਕੀ ਹਾਲ ਚਾਲ ਹੈ, ਆਹ ਨਜ਼ਾਰੇ ਆਈ ਜਾਂਦੇ ਆ, ਨਜ਼ਾਰੇ ਜਾਈ ਜਾਂਦੇ ਆ। ਆ ਗਿਆ ਕਹਿੰਦੇ ਤਮਤਾਨ ਸਾਹਿਬ ਦੀ ਧਰਤੀ ਦਾ, ਬੋਲੋ ਬੋਲੋ ਛੇਤੀ, ਆ ਜਾ ਸਾਹਮਣੇ ਪੇਪੇ ਦੀ ਰੇਡ। ਪਰ ਕਬੱਡੀ ਕਬੱਡੀ ਵਾਹ ਹੋਏ ਸੋਨੂੰ ਰਾਜਪੁਰੇ ਵਾਲਿਆ, ਡੱਗੋ ਵਾਲਿਆ, ਲੋਕਾਂ ਨੂੰ ਆਸਾ ਨੇ। ਮੇਜਰ ਬਰਾੜ ਦਾ ਕਹਿੰਦੇ ਚਹੇਤਾ, ਡੱਗੋ ਵਾਲਾ ਸ਼ਰਨਾ ਅੱਜ ਟੀਮ ਨੂੰ ਲੈ ਕੇ ਪੁੱਜਿਆ। ਸੁਰ ਸਿੰਘੀ ਇਹ ਭੀਮ ਦੇ ਥੋੜੀ ਸੱਟ ਲੱਗੀ ਹੈ, ਉਹ ਤਾਂ ਨਹੀਂ ਕਬੱਡੀਆਂ ਪਾ ਰਿਹਾ ਮੇਰੇ ਵੀਰੋ। ਕਈ ਲਾਈਵ ਦੇਖਣ ਵਾਲੇ ਗੱਲਾਂ ਕਰਦੇ ਹੋਣੇ ਆ ਵੀ ਆਹ ਮੁੰਡਾ ਸੀਪਾ ਕਬੱਡੀਆਂ ਪਾ ਰਿਹਾ ਜਾਂ ਗੁਰੂ ਸਰੀਆ ਸੁਖਬੀਰ, ਪਰ ਸ਼ੀਲੂ ਕਿਆਲਾ ਹਰਖ ਗਿਆ, ਇਹ ਮਨੀਸ਼ ਹੈ ਮੇਰੇ ਮਿੱਤਰੋ। ਪਰ ਡੱਬੋ ਵਾਲਾ ਸੀਪਾ ਨੰਬਰਾਂ ਦੇ ਵਾਧੇ ਕਰਦਾ ਹੋਇਆ। ਮਨੀਸ਼ ਸ਼ੀਲੂ ਦੇ ਭਾਈ ਦੇ ਨੇ 1000 ਰੁਪਇਆ, ਸੇਵਕ ਸਿੰਘ ਸਾਡਾ ਵੀਰ ਹੈ, ਸ਼ੀਲੂ ਦਾ ਭਾਈ, ਜੇ ਇੱਕ ਜੱਫਾ ਲਾਵੇਗਾ ਰੂੜਿਆ ਵਾਲੀ ਤੋਂ, ਗੁਰਸੇਵ ਕਹਿੰਦਾ ਵੀ ਜੱਫੇ ਦਾ 1000 ਰੁਪਇਆ ਉਹ ਮੇਰੇ ਕੋਲ ਪੁੱਜਦਾ ਹੋ ਗਿਆ। ਉਧਰ ਗੁਰਸੇਵ ਦੁਬਈ ਤੋਂ ਵੱਡੇ ਮਾਣ ਤੇ ਸਨਮਾਨ ਪੁੱਜਦੇ ਕੀਤੇ। ਆ ਡੀਲਾ ਜੰਡਲੀ ਵਾਲਾ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਵਧਿਆ ਹੋਇਆ, ਉਹ ਮੁਕਾਬਲਾ ਸੋਨੂ ਦੇ ਨਾਲ ਹੋਇਆ, ਸੋਨੂ ਦੇ ਨਾਲ ਹੋਇਆ, ਜੰਡਲੀ ਵਾਲੇ ਡੀਲੇ ਦੇ ਹਿੱਸੇ ਦੇ ਵਿੱਚ ਡਿੱਗਿਆ। ਗੁਰਸਰੀਆ ਫੇਰ ਆ ਗਿਆ ਕਿ ਬੱਲੀਏ ਬਣਾਂਗੇ ਝਾਂਜਰ ਤੇਰੀ, ਨਾਲ ਨਾਲ ਤੇਰੇ ਤੁਰਨਾ, ਜਾਂ ਮਿੱਤਰਾਂ ਨੇ ਕੋਕਾ ਬਣਨਾ, ਜਾਂ ਬਣ ਜਾਣਾ ਸੁਰਮਾ, ਨਹੀਂ ਤੇ ਪੱਕੇ ਬਣ ਜਾਵਾਂਗੇ ਗਾਨੀ ਤੇਰੀ ਦੇ ਮਣ ਕੇ, ਅੱਜ ਤੈਨੂੰ ਟੱਕਰਾਂਗੇ ਆ ਸੱਜਰੇ ਸ਼ਰੀਕ ਤੇਰੇ ਬਣ ਕੇ। ਹੁਣ ਚਾਰਾਂ ਦੇ ਵਿੱਚੋਂ ਕੌਣ
ਕੀ ਪਲੈਨਿੰਗ ਹੈ, ਕੀ ਵਿਉਤਪੱਤੀ ਹੈ, ਵਿਕਾਸ ਹੈ ਪਰ ਕਹਿੰਦੇ ਰੇਸ਼ਮਾ ਫਸਲੇ ਤੋਂ ਤੁਸੀਂ ਨੇੜੇ ਆ ਮਕਲੌਂਡੇ ਵਾਲਾ, ਮਕਲੌਂਡੇ ਵਾਲਾ ਕਹਿੰਦੇ ਜਫਾ ਲੈ ਕੇ ਅੰਕਾਂ ਦੇ ਵਿੱਚ ਵਾਧੇ ਕਰ ਗਿਆ। ਗੁਰਜੀਤ ਕਨੇਡਾ ਸਾਡਾ ਵੀਰ ਬੈਠਾ ਹੈ ਕਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਵਿੱਚ, ਉਹਨਾਂ ਦੇ ਵੱਲੋਂ 1,00,000 ਰੁਪਈਆ ਦਿੱਤਾ ਜਾਣਾ ਹੈ ਅੱਜ ਦੇ ਕਬੱਡੀ ਕੱਪ ਦੇ ਲਈ। ਉਧਰ ਬੰਟੀ ਆਸਟ੍ਰੇਲੀਆ ਦੇ ਵਿੱਚ ਬੈਠਾ ਹੈ, ਗੱਲਾਂ ਟਿਕਾਣੇ ਲਾਊਗਾ, ਉਹਦੇ ਵੱਲੋਂ ਅੱਜ ਦਾ ਦੂਸਰਾ ਪ੍ਰਾਈਜ਼ ਜਿਹੜਾ 71,000 ਰੁਪਈਆ। ਸਾਡੇ ਬਾਈ ਮੋਗੇ ਵਰਗੇ, ਪਾਲੇ ਵਰਗੇ ਜਾਂ ਗੁੱਲੂ ਵਰਗੇ ਅੰਕਲ ਬੈਠੇ ਹੈ, ਉਹਨਾਂ ਦੇ ਭਾਣਜੇ ਦੇ ਵੱਲੋਂ 71,000 ਰੁਪਈਆ ਦਿੱਤਾ ਜਾਣਾ ਸੈਕਿੰਡ ਪ੍ਰਾਈਜ਼ ਅੱਜ ਦੇ ਕਬੱਡੀ ਕੱਪ ਦਾ। ਅਮਨ ਬਰਾੜ ਦੇ ਵੱਲੋਂ 31,000, ਰਵਿੰਦਰ ਬਰਾੜ ਦੇ ਵੱਲੋਂ 31,000, ਬੈਸਟ ਰੇਟਰ ਦੇ ਜਾਫੀਆਂ ਦੇ ਲਈ ਵੱਡੇ ਮਾਨ ਤੇ ਸਨਮਾਨ ਹੋਣਗੇ। ਲਓ ਪਰ ਡੱਡੋ ਵਾਲਾ ਕਹਿੰਦੇ ਸੀਤਾ ਕਬੱਡੀ ਕਬੱਡੀ ਕਰਦਾ ਹੋਇਆ 1,500 ਰੁਪਈਆ ਹੋਵੇਗਾ ਮਨੀਸ਼ ਦੇ ਜੱਫੇ ਤੋਂ 1,500 ਸੇਵਕ ਸਿੰਘ ਰੂੜਿਆ ਵਾਲੀ ਉਹਦੇ ਕਹਿੰਦੇ 1,500 ਰੁਪਈਆ ਹੋਵੇਗਾ ਇਹ ਜੱਫਾ। 1,500 ਦਾ ਜੱਫਾ ਆਉਣਾ, 1,500 ਦਾ, 1,500 ਦਾ ਜੱਫਾ ਓਏ ਮਨੀਸ਼ ਆ ਗੁੱਟ ਫੜ ਗਿਆ, ਕਰਦਾ ਕੋਸ਼ਿਸ਼ ਹੁਣ ਤਾੜੀਆਂ ਤੁਹਾਡੀਆਂ। ਇੱਕ ਪਾਸੇ ਮੁੰਡਾ ਡੱਗੋ ਰਮਾਣੇ ਵਾਲਾ, ਇੱਕ ਪਾਸੇ ਮਨੀਸ਼ ਓਏ ਤੋਤੇ ਵਾਲੋ ਕਿੱਦਾਂ ਫਿਰ ਉਧਰ ਆਹ 1,500 ਰੁਪਈਏ ਦਾ ਜੱਫਾ ਹੈ ਰੂੜਿਆਂ ਵਾਲੀ ਵਾਲੇ ਵੀਰਾਂ ਦੇ ਵੱਲੋਂ। ਆਹ ਤੇਰਾ ਲਈ 1,500 ਪੁੱਜਦਾ ਹੋ ਗਿਆ, ਆਹ ਮੁੰਡਿਆਂ ਫੜੀ ਪੈਣ ਨਾ ਰੇੜਕੇ ਦੇ ਢੀਲੇ ਦੀ ਪੈ ਗਈ ਹੈ ਜਾਂਡਲੀ ਵਾਲੇ ਦੀ। ਹੁਣ ਡੱਬੋ ਵਾਲਾ ਸ਼ਰਨਾ ਜਾਂ ਰਾਜਪੁਰੇ ਵਾਲਾ ਸੋਨੋ, ਚਾਰਾਂ ਜੋ ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਵਾਵੇਗਾ। ਚਾਰੇ ਜਾਫੀ ਪੱਟਾਂ ਤੇ ਥਾਪੀਆਂ ਮਾਰਦੇ ਆ, ਯਾਨੀ ਡੱਬੋ ਵਾਲਾ ਘਰ ਕੁਜਰੇ ਗੁਰ ਪਰ ਘੇਰੀ ਉਖੜਦੀ ਹੈ, ਘੇਰੀ ਉਖੜਦੀ ਹੈ। ਆਹ ਢੀਲਾ ਕਿਹੜੇ ਨੰਬਰਾਂ ਦੇ ਵਾਧੇ ਕਰ ਗਿਆ ਮੈਚ ਸਮਾਪਨ। ਗਗਨ ਕੇਰਾ ਇਹਨਾਂ ਦੇ ਵੱਲੋਂ ਜਿਹੜੇ ਮਾਇਆ ਦੇ ਗੱਪੇ ਪੁੱਜਦੇ ਹੋ ਗਏ, ਧੰਨਵਾਦ ਹੈ। ਸਾਰੀ ਪ੍ਰਬੰਧਕੀ ਕਮੇਟੀ ਸਿਕੰਦਰ ਸੁੱਖੀ ਗੁਰਬਾਜ ਧਾਲੀਵਾਲ ਕਿੱਥੇ ਆ ਭਾਈ ਸਾਡਾ, ਜ਼ਿਆਦੇ ਥੋੜੀ ਜਿਹੀ ਕਹਿੰਦੇ ਗੱਲਾਂ ਬਾਤਾਂ ਹੋ ਜਾਂਦੀਆਂ। ਬੱਬੀ ਭਾਈ ਮਹਿੰਦਰ ਸਿੰਘ ਮਹਿੰਦਰ ਮੋੜ ਵਾਲਾ, ਸਾਰੇ ਕਹਿੰਦੇ ਦਰਸ਼ਨ ਸਿੰਘ ਮੈਂਬਰ ਵਰਗੇ ਜਿੰਨੇ ਵੀ ਸਤਿਕਾਰਕ ਚਿਹਰੇ ਹੈ। ਸੋ ਕਿਹੜੀ ਕਿਹੜੀ ਸ਼ਖਸੀਅਤ ਜੀ ਦਾ ਨਾਂ ਜ਼ਿਕਰ ਦੀਆਂ ਗੱਲਾਂ ਨੇ, ਸੋ ਸਾਰਿਆਂ ਦਾ ਧੰਨਵਾਦ। ਗੁਰਜੀਤ ਸਿੰਘ ਕਨੇਡਾ ਭਰਾ ਸਾਡਾ, ਉਹਨਾਂ ਦੇ ਵੱਲੋਂ 1,00,000 ਰੁਪਈਆ ਅੱਜ ਦੇ ਬੈਸਟ ਟੀਮ ਦੇ ਲਈ ਦਿੱਤਾ ਜਾਣਾ ਹੈ। ਸੋ ਬਹੁਤ ਵੱਡਾ ਧੰਨਵਾਦ ਹੈ, ਨਾਲ ਮੇਰੇ ਲਈ ਵੀ ਵੱਡਾ ਮਾਣ ਤੇ ਸਨਮਾਨ ਪੁੱਜਦਾ ਹੋਇਆ। ਸੋ ਧੰਨਵਾਦ ਹੈ, ਨਾਲ ਕਹਿੰਦੇ ਸੈਕਿੰਡ ਪ੍ਰਾਈਜ਼ 71,000 ਰੁਪਈਆ। ਇੱਕ ਮਿੰਟ ਵੀਰੇ, ਬੰਟੀ ਆਸਟ੍ਰੇਲੀਆ, ਬੰਟੀ ਆਸਟ੍ਰੇਲੀਆ ਸਾਡਾ ਵੀਰ ਹੈ, ਉਹਨਾਂ ਦੇ ਵੱਲੋਂ 71,000 ਰੁਪਈਆ, ਪਾਲਾ ਮੋਂਗਾ ਨਾਲ ਗੋਲੂ ਮੋਂਗਾ ਉਹਨਾਂ ਦੇ ਭਾਣਜੇ ਦੇ ਵੱਲੋਂ ਦਿੱਤਾ ਜਾਣਾ ਹੈ, ਬਹੁਤ ਵੱਡਾ ਧੰਨਵਾਦ ਹੈ। ਆਪਾਂ ਦੱਸ ਦਈਏ ਵੀ ਜਿਹੜੀ ਫਾਸਟ ਟ੍ਰੇਨ ਵਾਲੀ ਟੀਮ ਹੈ ਉਹ ਹੈ ਜਾਂਡਲੀ ਹਰਿਆਣੇ ਦੀ ਟੀਮ, ਜਿਹੜੀ ਸੈਕਿੰਡ ਹੈ ਉਹ ਹੈ ਡੱਗੋ ਰਮਣ, ਜਿਹੜੇ ਬੈਸਟ ਨੇ ਅੱਜ ਦੇ ਦਿਨ ਦੇ ਮਨੀਸ਼ ਦੇ 4 ਟੱਚ ਤੇ 3 ਜੱਫੇ, ਵਿਕਾਸ ਦੇ ਵੀ 3 ਜੱਫੇ, ਇਹ ਜਿਹੜੇ ਜਵੈਂਟ ਜਾਫੀ ਨੇ ਜਾਂਡਲੀ ਵਾਲੇ ਅੱਜ ਦੇ ਦਿਨ ਦੇ, ਮਲਕੀਤ ਤਮਤਾਨ ਸਾਹਿਬ ਤੇ ਜਾਂਡਲੀ ਵਾਲਾ ਡੀਲਾ, ਇਹ ਵੀ ਜਵੈਂਟ ਰੇਡਰ ਨੇ। ਦੋਵੇਂ ਟੀਮਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ, ਦੋਵੇਂ ਟੀਮਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ, ਦੋਵੇਂ ਟੀਮਾਂ ਨੂੰ ਮੁਬਾਰਕਬਾਦ ਹੈ। ਇੱਕ ਵਾਰੀ ਫੇਰ ਤੋਂ ਸੇਵਕ ਮਾਣੂਕੇ ਨਾਲ ਅਮਨ ਦਾ, ਇਹ ਕੈਮਰਾਮੈਨ ਨੇ ਕਬੱਡੀ 365 ਦੇ, ਇਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਕਿਉਂਕਿ ਹਰ ਐਂਗਲ ਤੋਂ ਇਹਨਾਂ ਨੇ ਆਪਣਾ ਕੈਮਰਾ ਲਾ ਕੇ ਦੁਨੀਆਂ ਨੂੰ ਦੱਸਿਆ ਵੀ ਇੱਥੇ ਟੂਰਨਾਮੈਂਟ ਦੇ ਵਿੱਚ ਕਿਹੜੀ
ਰੰਗ ਦੀ ਕਬੱਡੀ ਕਿਹੜੇ ਖਿਡਾਰੀ ਨੇ ਕਿੱਥੇ ਕਿਵੇਂ ਜਫਾ ਲਾਇਆ ਹੈ, ਕਿਉਂਕਿ ਬੜੀ ਮਿਹਨਤ ਕਰਦੇ ਆ ਮੁੰਡੇ। ਬਾਬਾ ਨਾਨਕ ਹੋਰ ਤਰੱਕੀਆਂ ਦੇਵੇ, ਐ ਕਹਿੰਦੇ ਸੇਵਕ ਮਾਣੂਕੇ ਨਾਲ ਅਮਨ ਵਰਗੇ ਵੀਰ ਸਾਡੇ। ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ। ਅੱਜ ਦਾ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਜਾਂਡਲੀ, ਤੇ ਜਾਂਡਲੀ ਦੇ ਲਈ 1 ਲੱਖ ਰੁਪਈਆ ਗੁਰਜੀਤ ਸਿੰਘ ਕੈਨੇਡਾ ਸਾਡਾ ਵੀਰ ਆ ਉਹਨਾਂ ਦੇ ਵੱਲੋਂ ਦਿੱਤਾ ਜਾਣਾ ਹੈ। 1 ਲੱਖ ਰੁਪਈਆ ਗੁਰਜੀਤ ਸਿੰਘ ਜੀ ਕੈਨੇਡਾ ਵੱਲੋਂ ਜਾਂਡਲੀ ਦੀ ਟੀਮ ਦੇ ਲਈ। ਨਵੀਂ ਜਾਂਡਲੀ ਵਾਲਿਓ ਆ ਜਾਓ ਕੋਚ ਸਾਹਿਬ। ਹਨੀ ਤੇ ਨਾਲ ਗੁਰਪ੍ਰੀਤ ਗੁੜੀ ਦੋਦਾ, ਹੁਣ ਮੈਂ ਬੇਨਤੀ ਕਰਦਾ ਜ਼ਰੂਰ ਆਵੇ ਹਨੀ। ਔਰ ਸਾਡੇ ਉਹਦੇ ਪ੍ਰਤਾਪ ਮਸਾਉਣ ਤੇ ਨਾਲ ਦਰਸ਼ਨ ਸਿੰਘ ਜੀ ਮਸਾਉਣ, ਬਹੁਤ ਬਹੁਤ ਧੰਨਵਾਦ ਹੈ। ਮਲਕੀਤ ਧਮਤਾਨ ਸਾਹਿਬ, ਇੱਕ ਮਲਕੀਤ ਧਮਤਾਨ ਸਾਹਿਬ, ਮਨੀਸ਼ ਜਾਂਡਲੀ, ਵਿਕਾਸ ਮੁਗਲੋਡਾ, ਦੱਗੋ ਰਵਾਣੇ ਦਾ ਸ਼ਰਨ ਨਾਲ ਕਹਿੰਦੇ ਸੋਨੂੰ ਰਾਜਪੁਰੇ ਵਾਲਾ, ਬਹੁਤ ਵੱਡੀਆਂ ਗੱਲਾਂ ਕਰ ਗਈਆਂ। ਸੁਖਬੀਰ ਗੁਰੂ ਹਰੀਆ, ਬਹੁਤ ਵਧੀਆ ਕਬੱਡੀਆਂ ਪਾ ਕੇ, ਭੀਮ ਸੁਰ ਸਿੰਘ ਆ, ਵਧੀਆ ਕਬੱਡੀਆਂ ਪਾ ਕੇ ਇਹ ਸੁਪਰ ਫਾਈਨਲ ਹੋਇਆ। ਫਸਟ ਟੀਮ ਜਿਹੜੀ